ਸਤਿ ਸ਼੍ਰੀ ਅਕਾਲ ਜੀ। ਕੱਲ ਜਿਹੜੇ ਚੀਫ ਮਿਨਿਸਟਰ ਪੰਜਾਬ ਨੇ ਭਗਵੰਤ ਮਾਨ ਨੇ ਇਹ ਕਲੇਮ ਕੀਤਾ ਕਿ ਪੰਜਾਬ ਦੀ ਸਰਕਾਰ ਨੇ ਇੱਕ ਮੋਸਟ ਵਾਂਟਡ ਜਿਹੜਾ ਗੈਂਗਸਟਰ ਹੈ ਗੋਲਡੀ ਬਰਾੜ ਉਹਨੂੰ ਫੜ ਲਿਆ ਗਿਆ। ਮੈਨੂੰ ਵੀ ਬੜੀ ਇਸ ਗੱਲ ਦੀ ਤਸੱਲੀ ਹੁੰਦੀ ਔਰ ਖੁਸ਼ੀ ਵੀ ਹੁੰਦੀ ਕਿ ਜੇ ਇਸ ਗੱਲ 'ਚ ਕੋਈ ਸੱਚਾਈ ਹੁੰਦੀ। ਮੁੱਖ ਮੰਤਰੀ ਹੋਣ, ਗੁਜਰਾਤ ਦੀ ਇਲੈਕਸ਼ਨ ਚੱਲ ਰਹੀ ਹੋਵੇ, ਗੁਜਰਾਤ ਦੀ ਇਲੈਕਸ਼ਨ 'ਚ ਫਾਇਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਣਾ, ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਧਰੋਹ ਕਮਾਉਣਾ ਕਿਉਂਕਿ ਉਹਦੇ 'ਚ ਉਹ ਆਰੋਪੀ ਹੈ, ਇਸ ਤਰੀਕੇ ਦੀ ਜੋ ਪੋਲੀਟਿਕਸ ਖੇਡੀ ਜਾ ਰਹੀ ਹੈ ਉਸ ਗੱਲ ਦਾ ਬੜਾ ਦੁੱਖ ਹੈ। ਜਦ ਮੇਰੇ ਵਰਗੇ ਨਾਚੀਜ਼ ਇਨਸਾਨ ਨੂੰ ਇਸ ਗੱਲ ਦਾ ਪਤਾ ਹੈ, ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਕਿ ਗੋਲਡੀ ਬਰਾੜ ਹਲੇ ਫੜਿਆ ਨਹੀਂ ਗਿਆ ਔਰ ਗੋਲਡੀ ਬਰਾੜ ਨੂੰ ਫੜਨ ਦਾ ਕੋਈ ਪ੍ਰੋਸੀਜਰ ਐਡਾ ਸੌਖਾ ਨਹੀਂ ਹੈ, ਚੀਫ ਮਿਨਿਸਟਰ ਭਗਵੰਤ ਮਾਨ ਨੇ ਇਸ ਮਿਸਲੀਡਿੰਗ ਸਟੇਟਮੈਂਟ ਕਿਉਂ ਦਿੱਤੀ? ਕਿ ਆਪਦੀ ਸ਼ਾਖ ਬਚਾਉਣ ਲਈ, ਕਿ ਆਪਦੇ ਲਾਅ ਐਂਡ ਆਰਡਰ ਨੂੰ ਦਿਖਾਉਣ ਲਈ ਕਿ ਬਹੁਤ ਵਧੀਆ ਕੰਮ ਕਰ ਰਹੇ ਆ? ਮੈਂ ਚਾਹੂੰਗਾ, ਕਿਉਂਕਿ ਭਗਵੰਤ ਮਾਨ ਦੀ ਤਾਂ ਕਿਸੇ ਗੱਲ ਦਾ ਭਰੋਸਾ ਨਹੀਂ, ਕਿ ਇਸ ਗੱਲ ਦੀ ਤਸਦੀਕ BJP ਪੰਜਾਬ ਕਰਨਗੇ, ਪੰਜਾਬ ਦੀ ਪੁਲਿਸ ਕਰੂਗੀ ਕਿ ਉਹਨਾਂ ਨੇ ਫੜ ਲਿਆ, ਅਤੇ ਜੇ ਫੜ ਹੀ ਲਿਆ ਤਾਂ ਜਨਤਕ ਕਰੋ, ਕਿਉਂਕਿ ਹਾਲੇ ਤੱਕ ਤਾਂ ਕੋਈ ਖਬਰ ਆਈ ਨਹੀਂ, ਕਿੱਥੇ ਕੋਈ ਫੋਟੋ ਆਈ ਨਹੀਂ। ਇੱਕ ਖਬਰ ਚੱਲ ਰਹੀ ਹੈ ਕਿ ਸ਼ਾਇਦ ਫੜ ਲਿਆ, ਸ਼ਾਇਦ ਫੜ ਲਿਆ, ਮਗਰ ਕੋਈ ਪੁਖਤਾ ਸਬੂਤ ਜਾਂ ਫੋਟੋ ਜਾਂ ਵੀਡੀਓ ਸਾਹਮਣੇ ਨਹੀਂ ਆਈ ਕਿ ਉਹ ਫੜਿਆ ਗਿਆ। ਸੋ ਕਾਈਂਡਲੀ ਆਪਦੀ ਛੋਟੀ ਸਿਆਸਤ ਵਾਸਤੇ ਝੂਠ ਬੋਲਣਾ ਬੰਦ ਕਰੋ। ਪਿਛਲੇ 8 ਮਹੀਨੇ ਲੋਕ ਤੁਹਾਡੀ ਝੂਠ ਦਾ ਸਾਹਮਣਾ ਕਰ ਰਹੇ ਆ ਔਰ ਇਹ ਨਵਾਂ ਝੂਠ ਤੁਹਾਡਾ ਫੜਿਆ ਗਿਆ, ਸੱਚਾਈ ਸਾਰਿਆਂ ਦੇ ਸਾਹਮਣੇ ਹੈ। ਮੈਂ ਵੀ ਚਾਹੂੰਗਾ ਇਹੋ ਜਿਹੇ ਲੋਕ ਫੜੇ ਜਾਣ, ਮਗਰ ਮਿਸਲੀਡਿੰਗ ਸਟੇਟਮੈਂਟਸ, ਪਲੇਇੰਗ ਵਿਦ ਪੀਪਲਜ਼ ਇਮੋਸ਼ਨਸ, ਇਸ ਗੱਲ ਦੇ ਮੈਂ ਖਿਲਾਫ ਹਾਂ ਔਰ ਇਹ ਸੱਚਾਈ ਹੈ ਕਿ ਹਾਲੇ ਤੱਕ ਇਹਦਾ ਕੋਈ ਸਬੂਤ ਸਾਡੇ ਸਾਹਮਣੇ ਨਹੀਂ ਰੱਖਿਆ ਗਿਆ। ਬਹੁਤ ਬਹੁਤ ਧੰਨਵਾਦ।